अमृतसर शहर में चल रहे नशे के बड़े कारोबार को तोड़ने में पंजाब पुलिस को भारी सफलता मिली है। कुछ दिन पहले हीरोइन की बड़ी खेप को पकड़ने के बाद नारकोटिक सेल ने गत रात्रि पाम गार्डन कॉलोनी से 3 तस्करों को आधा किलो हीरोइन व 1 फॉर्चुनर गाड़ी के साथ गिरफ्तार किया था। हालांकि तस्करों और पुलिस दोनों तरफ से हुई फायरिंग में 3 गैंगस्टर भागने में कामयाब रहे। वहीं एक अन्य मामले में CIA स्टाफ ने सिविल लाइन में हुई चोरी में वॉन्टेड सोनू सिलेंडर को गिरफ्तार किया। सोनू सिलेंडर को गिरफ्तार करते समय पुलिस व गैंगस्टर के बीच फायरिंग हुई, जिसमें गैंगस्टर सोनू सिलेंडर की टांग पर गोली लगी। इन दोनों मामलों में DCP मुखविंदर सिंह ने आज प्रेस वार्ता में खुलासा किया। सारा नु इस करके कष्ट देता है भी साडे दो काफी इंपोर्टेंट केस सीगे, जिदे विच एक नारकोटिक्स की टीम नु जिदी अगुवाई जिहड़ी है DCP कृपाल सिंह कर रहे सीगे, उन्हां नु कल राती 9:30 बजे जदों इनफॉर्मेशन आई तां उन्हां ने एक पाम गार्डन दे विच जिहड़ा रेड करके कोठी दे विच जदों रेड किया तां उत्थों कुछ जिहड़े अगों नौजवान सी उन्होंने फायर किया इन्हां दे उपर, जो 3 बंदे जिहड़े फरार होण दे विच उत्थों कामयाब होए ते 3 बंदयां नूं जिहड़ी अरैसट करन तों और सारी सर्च करन तों जिहड़ी कोठी दी 1/2 किलो जिहड़ी हैरोइन सीगी ਉਹ ਉਹਨਾਂ ਨੇ ਬਰਾਮਦ ਕੀਤੀ ਹੈ। ਇੱਕ ਫੋਰਚੂਨਰ ਗੱਡੀ ਬਰਾਮਦ ਕੀਤੀ ਹੈ ਔਰ ਇਹ ਤਿੰਨਾਂ ਦੇ ਨਾਮ ਜਿਹੜੇ ਸਾਜਨ, ਮਨੀ ਅਤੇ ਪਾਰਸ, ਇਹ ਤਿੰਨੋਂ ਜਿਹੜੇ ਅਰੈਸਟ ਕੀਤੇ ਨੇ ਔਰ ਜਿਹੜੇ ਭੱਜੇ ਨੇ ਉਹਦੇ ਵਿੱਚ ਹੈਗੇ ਨੇ ਹਰਭੇਜ ਸਿੰਘ ਜਵੇਦ, ਜਿਹੜਾ ਮੋਸਟਲੀ ਸਾਡੀ ਇਨਫੋਰਮੇਸ਼ਨ ਮੁਤਾਬਕ ਅੰਮ੍ਰਿਤਸਰ ਦੇ ਵਿੱਚ ਕਾਫੀ ਸਪਲਾਈ ਦਿੰਦਾ ਸੀਗਾ। ਇਹਦੇ ਨਾਲ ਜਿਹੜਾ ਹੈਗਾ ਰਜਿੰਦਰ ਸਿੰਘ ਗੰਜਾ, ਜਿਹਨੂੰ ਗਗਨ ਵੀ ਕਹਿੰਦੇ ਨੇ, ਔਰ ਤੀਸਰਾ ਬੰਦਾ ਜਿਹੜਾ ਹੈਗਾ ਉਹ ਹੈਗਾ ਹਰਪਾਲ ਸਿੰਘ ਏਲੀਅਸ ਭਾਲੂ। ਇਹ ਤਿੰਨੋਂ ਬੰਦੇ ਜਿਹੜੇ ਭੱਜਣ 'ਚ ਕਾਮਯਾਬ ਹੋ ਗਏ ਨੇ ਔਰ ਐਜ਼ ਪਰ ਇਨਫੋਰਮੇਸ਼ਨ ਉਹਨਾਂ ਕੋਲ ਕਾਫੀ ਸਮਾਨ ਸੀ ਜੋ ਨਾਲ ਲੈ ਗਏ ਨੇ, ਪਰ ਉਹਨਾਂ ਨੂੰ ਅਸੀਂ ਜਲਦੀ ਰਾਊਂਡ ਅਪ ਕਰਕੇ ਪਕੜਾਂਗੇ। ਇਹਨਾਂ ਦਾ ਜਿਹੜਾ ਫਾਰਵਰਡ ਔਰ ਬੈਕਵਰਡ ਲਿੰਕੇਜ ਜਿਹੜੇ ਨੇ ਉਹ ਅਸੀਂ ਖੰਗਾਲ ਰਹੇ ਹਾਂ। ਇਹਨਾਂ ਦੀ ਮੋਡਸ ਪਰੈਂਡੀ ਜਿਹੜੀ ਅਜੇ ਤੱਕ ਪਤਾ ਲੱਗੀ ਉਹ ਇਹ ਸੀਗੀ ਵੀ ਜਿਹੜਾ ਜਵੇਦ ਸੀਗਾ ਉਹ ਮਨੀ ਨੂੰ ਜਾਂ ਇਹਨਾਂ ਨੂੰ ਫੋਨ ਕਰਦਾ ਸੀਗਾ ਤਾਰਾਂ ਵਾਲੇ ਪੁਲ 'ਤੇ ਕੋਈ ਨਾ ਕੋਈ ਜਿਹੜੀ ਚੀਜ਼ ਪਕੜਾਉਂਦਾ ਸੀਗਾ ਔਰ ਉਹੀ ਇਹਨਾਂ ਨੂੰ ਗਾਈਡ ਕਰਦਾ ਸੀਗਾ ਵੀ ਕਿੱਥੇ ਜਾ ਕੇ ਦੇ ਕੇ ਆਉਣੀ, ਔਰ ਬਾਕੀ ਜਿਹੜਾ ਅਸੀਂ ਇਹਨਾਂ ਦੇ ਮਾਣਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਜਿਹੜੀ ਆ ਫਾਰਵਰਡ ਬੈਕਵਰਡ ਲਿੰਕੇਜ ਸਾਰੇ ਡਿਟੇਲ ਲੈ ਕੇ ਉਹ ਤੁਹਾਨੂੰ ਦੁਬਾਰਾ ਮਿਲ ਸਕਦਾ। ਜਿਹੜਾ ਸੈਕਿੰਡ ਕੇਸ ਹੈ ਜਿਹਦੇ ਵਿੱਚ ਇੱਕ ਸੋਨੂ ਸਿਲੰਡਰ ਜਿਹੜਾ ਕਾਫੀ ਦੇਰ ਤੋਂ ਅੰਮ੍ਰਿਤਸਰ ਪੁਲਿਸ ਨੂੰ ਲੜੀਂਦਾ ਸੀਗਾ, ਉਹ ਇੱਕ ਮੇਨ ਆਪਣੇ ਇੱਥੇ ਚੋਰੀ ਦਾ ਕੇਸ ਹੋਇਆ ਸੀ ਸਿਵਲ ਲਾਈਨ ਦੇ ਵਿੱਚ, ਜਿਹਦੇ ਵਿੱਚ ਬਿਸਕੁਟ ਜਿਹੜੇ ਆ 5 ਬਿਸਕੁਟ ਚੋਰੀ ਹੋਏ ਸੀ ਔਰ ਕਾਫੀ ਲੱਖਾਂ ਰੁਪਈਆ ਉਹਨਾਂ ਨੇ ਚੋਰੀ ਕੀਤਾ ਸੀ। ਉਹਦੇ 'ਚ ਇਕੱਲਾ ਬੰਦਾ ਜਿਹੜਾ ਇੱਕ ਰਹਿ ਗਿਆ ਸੀਗਾ ਪਕੜਨ ਵਾਲਾ, ਉਹ ਉਸਨੂੰ ਕੱਲ੍ਹ ਜਿਹੜਾ CIA ਇੰਚਾਰਜ ਇਹਨਾਂ ਦੀ ਟੀਮ ਨੇ SP ਜਗਰਾਜ ਸਿੰਘ ਹੋਣਾ ਦੀ ਅਗਵਾਈ ਹੇਠ ਇਹਨਾਂ ਨੂੰ ਅਰੈਸਟ ਕੀਤਾ ਹੈ ਔਰ ਜਦੋਂ ਇਹਨੂੰ ਅਰੈਸਟ ਕਰਨ ਗਏ ਸੀਗੇ ਉਦੋਂ ਇਹਨੇ ਅੱਗੋਂ ਫਾਇਰਿੰਗ ਕੀਤੀ ਹੈ ਔਰ ਸਕਫਲ ਦੇ ਦੌਰਾਨ ਦੁਬਾਰਾ ਜਦੋਂ ਕ੍ਰੋਸ ਫਾਇਰਿੰਗ ਦੇ ਦੌਰਾਨ ਉਸਦੇ ਵੀ ਜਿਹੜੇ ਪੱਟ ਦੇ ਵਿੱਚ ਗੋਲੀ ਲੱਗੀ ਹੈ, ਜਿਹਨੂੰ ਅਸੀਂ ਇਲਾਜ ਕਰਾ ਰਹੇ ਹਾਂ ਉਹਦਾ ਵੀ ਅੱਜ ਰਿਮਾਂਡ ਲਵਾਂਗੇ। ਉਹਦੇ ਉੱਤੇ ਪੁਰਾਣੇ ਜਿਹੜੇ ਆ 3 ਪਰਚੇ ਨੇ, ਜੋ ਇਹ ਚੋਰੀ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਇਹਨੇ ਪਿਸਟਲ ਖਰੀਦਿਆ ਸੀਗਾ ਉਹ ਇੱਕ ਜੁਝਾਰ ਨਾਮ ਦਾ ਗੈਂਗਸਟਰ ਹੈ ਜਿਹੜਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੈ, ਜਿਹਨੂੰ ਇਹਨੇ ਪੁੱਛਗਿੱਛ ਥੋੜ੍ਹੀ ਜਿਹੀ ਪੁੱਛਗਿੱਛ ਕੀਤੀ। ਉਹਦੇ ਵਿੱਚ ਇਹਨੇ ਦੱਸਿਆ ਵੀ ਉਹਦੀ ਵਾਈਫ ਨੂੰ ਇਹ ਕੁਛ ਪੈਸੇ ਦੇ ਕੇ ਆਇਆ ਸੀਗਾ ਔਰ ਉਹਨੇ ਹੀ ਇਹਨੂੰ ਜਿਹੜਾ ਵਿਸ਼ਾਖਾਪਟਨਮ ਭੇਜਿਆ ਸੀ ਜਿੱਥੋਂ ਇਹ ਪਿਸਟਲ ਲੈ ਕੇ ਆਇਆ ਸੀਗਾ। ਉਸ ਤੋਂ ਬਾਅਦ ਜਿਹੜਾ ਇਹ ਛਿਆਟਾ ਥਾਣੇ ਦੇ ਵਿੱਚ 4 ਨੰਬਰ FIR ਦਰਜ ਹੈ, ਜਿਹਦੇ ਵਿੱਚ ਇੱਕ ਨਾਬਾਲਗ ਲੜਕੀ ਨੂੰ ਇਹਨੇ ਕਿਡਨੈਪ ਕਰਕੇ ਲੈ ਗਿਆ ਸੀਗਾ, ਜੋ ਕੱਲ੍ਹ ਲੜਕੀ ਨੂੰ ਵੀ ਅਸੀਂ ਬਰਾਮਦ ਕਰ ਲਿਆ ਔਰ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕਰ ਰਹੇ ਹਾਂ, ਜਿਸ ਦੀ CP ਸਾਹਿਬ ਨੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਜਿਹੜੀ ਸਪੈਸ਼ਲੀ ਤਫਤੀਸ਼ ਜਿਹੜੀ ਹੈ ਉਹ CIO ਇੰਸਪੈਕਟਰ ਨੂੰ ਦਿੱਤੀ। ਲੜਕੀ ਜਿੱਥੋਂ ਇਹਨਾਂ ਨੂੰ ਅਸੀਂ ਫੜਿਆ ਉਸਦੇ ਨਾਲ ਹੀ 3-4 ਘਰ ਛੱਡ ਕੇ ਜਿਹੜੀ ਲੜਕੀ ਉੱਥੇ ਠਹਿਰੀ ਹੋਈ ਸੀ ਉੱਥੇ ਰੱਖਿਆ ਸੀ ਇਹਨਾਂ ਨੇ। 32 bore ਦਾ ਜਿਹੜਾ ਇਹਦੇ ਕੋਲ ਕੰਟਰੀ ਮੇਡ ਪਿਸਟਲ ਹੈ ਉਹ ਰਿਕਵਰ ਹੋਇਆ, ਨਾਲ 23 ਜਿਹੜੇ ਆ ਰੌਂਦ ਜਿਹਦੇ ਵਿੱਚੋਂ 2 ਖੋਲ ਨੇ ਅਤੇ ਬਾਕੀ ਜਿਉਂਦਾ ਜਿਹੜੇ ਉਹ ਬਰਾਮਦ। ਇਹਦੇ ਵਿੱਚ ਜਿਹੜਾ ਗੈਂਗਸਟਰ ਤੁਹਾਨੂੰ ਦੱਸਿਆ ਜੁਝਾਰ ਗੈਂਗਸਟਰ ਹੈ ਜਿਹਨੂੰ ਅਸੀਂ ਪ੍ਰੋਡਕਸ਼ਨ ਵੰਡ 'ਤੇ ਲੈ ਕੇ ਆਵਾਂਗੇ, ਉਹ ਇਹਨੂੰ ਚੋਰੀ ਹੋਣ ਤੋਂ ਬਾਅਦ ਸਾਰਾ ਉਹੀ ਗਾਈਡ ਕਰਦਾ ਰਿਹਾ, ਉਹਨੇ ਇਹਨੇ ਉਹਨੂੰ ਵੀ ਕੁਛ ਪੈਸੇ ਦਿੱਤੇ ਨੇ ਔਰ ਉਹਨੇ ਹੀ ਇਹਨੂੰ ਜਿਹੜਾ ਪਿਸਟਲ ਕਿੱਥੋਂ ਖਰੀਦਿਆ ਔਰ ਅਸੀਂ ਇਹਨੂੰ ਇਹ ਵੀ ਪੁੱਛਗਿੱਛ ਕਰਾਂਗੇ ਉਹਨੇ ਹੋਰ ਕਿਹਨੂੰ ਕਿਹਨੂੰ ਪਿਸਟਲ ਲੈ ਕੇ ਦਿੱਤੇ। ਹਾਂਜੀ ਹਾਂਜੀ ਮੈਂ ਦੱਸਿਆ ਜਿਹੜੀ ਜਦੋਂ ਕ੍ਰੋਸ ਫਾਇਰਿੰਗ ਹੋਈ ਹੈ ਉਹਦੇ ਵਿੱਚ ਉਹਦੇ ਪੱਟ 'ਤੇ ਗੋਲੀ ਲੱਗੀ ਹੈ ਔਰ ਉਹ ਇਸ ਵੇਲੇ ਗੁਰੂ ਨਾਨਕ ਹੋਸਪਿਟਲ ਦੇ ਵਿੱਚ ਉਹਨੂੰ ਐਡਮਿਟ ਕਰਾਇਆ।